ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ, ਪੰਜਾਬ 'ਤੇ ਜੀ ਹੈ ਮੇਰਾ ਪਾਕਿਸਤਾਨ, ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ ਐਂਡ ਖੋਰੇ ਸੱਚ ਸੰਤਾਲੀ ਦੇ, ਬਿਟਰ ਟਰੁੱਥ ਆਫ ਦੀ 1947। ਮੈਂ ਅੱਜ ਆਇਆ ਹਾਂ ਇੱਕ ਵਿਲੇਜ ਜਿਹਦਾ ਨਾਮ ਹੈ ਦੋਰਾ ਬੁਧਾਲ। ਦੋਰਾ ਬੁਧਾਲ ਜਿਹੜਾ ਹੈ ਤਕਰੀਬਨ 5 ਕੋ ਪੈਂਦਾ ਚੜ੍ਹਦੇ ਪਾਸੇ ਗੁਜਰ ਖਾਨ ਤੋਂ, ਤਹਿਸੀਲ ਗੁਜਰ ਖਾਨ ਤੋਂ 5 ਕੋ ਯਾਨੀ ਕਿ 15 ਕਿਲੋਮੀਟਰ ਜਿਹੜਾ ਮੈਂ ਈਸਟ ਵਾਲੀ ਸਾਈਡ ਦੇ ਉੱਤੇ ਹਾਂ, ਐਂਡ ਸੈਕਟਰ ਵਿਲੇਜ ਆਫ ਦੀ ਸਰਦਾਰ ਜੀਵਨਦੀਪ ਸਿੰਘ, ਬਿਲੋਂਗ ਕਰਦੇ ਨੇ ਅੰਮ੍ਰਿਤਸਰ ਤੋਂ, ਲੇਕਿਨ ਅੱਜ ਕੱਲ੍ਹ ਉਹ ਲੁਧਿਆਣਾ ਦੇ ਵਿੱਚ ਸੈਟਲਡ ਨੇ, ਔਰ ਲੁਧਿਆਣਾ ਦੇ ਅੰਦਰ ਜਿਹੜਾ ਉਹਨਾਂ ਦਾ ਓਲਡ ਕੁਆਇੰਸ ਜਿਹੜੇ ਨੇ ਸਿੱਖ ਪੀਰੀਅਡ ਦੇ ਕੁਆਇੰਸ ਨੇ, ਸਭ ਕੋਂਟੀਨੈਂਟ ਕੁਆਇੰਸ ਦੇ ਮੁਤਲਕ ਜਿਹੜੀ ਉਹਨਾਂ ਦੀ ਬਹੁਤ ਜ਼ਿਆਦਾ ਅੱਛੀ ਨੌਲੇਜ ਹੈ, ਔਰ ਉਹਨਾਂ ਦੇ ਪੇਜਿਸ ਵੀ ਨੇ, ਔਰ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਬਹੁਤ ਜ਼ਿਆਦਾ ਖਿਦਮਾਤ ਨੇ ਇਸ ਮਾਮਲੇ ਦੇ ਵਿੱਚ। ਮੈਂ ਅੱਜ ਉਹਨਾਂ ਦੇ ਪੇਰੈਂਟਸ ਦੇ ਜਿਹੜੇ ਫੁੱਟਸਟੈਪਸ ਲੱਭਦਾ ਹੋਇਆ, ਸਰਦਾਰ ਨਿਹਾਲ ਭਾਈ ਸੰਤ ਨਿਹਾਲ ਸਿੰਘ ਦੇ ਜਿਹੜੇ ਫੁੱਟਸਟੈਪ ਜਿਹੜੇ ਨੇ ਉਹ ਨੱਪਦਾ ਹੋਇਆ ਮੈਂ ਇੱਥੇ ਦੋਰਾ ਬੁਧਾਲ ਅੱਜ ਪਹੁੰਚਿਆ ਵਾਂ, ਅਤੇ ਮੈਂ ਇਸ ਵੇਲੇ ਖਲੋਤਾ ਹੋਇਆ ਵਾਂ। ਇਸ ਖੂਹ ਦਾ ਨਾਮ ਜਿਹੜਾ ਹੈ ਖੂਹ ਖੰਡਾ ਹੈ। ਮਜ਼ੇ ਦੀ ਗੱਲ ਹੈ, ਖੂਹ ਖੰਡਾ ਜਿਹੜਾ ਹੈ ਇਹਦੀ ਮੈਂ ਥੋੜ੍ਹੀ ਜਿੰਨੀ ਹਿਸਟਰੀ ਦੱਸਦਾ ਜਾਵਾਂ ਕਿ ਇੱਕ ਤਾਂ ਇਹਨੂੰ ਕਿਹਾ ਜਾਂਦਾ ਸੀ ਕਿ ਇਹਦਾ ਪਾਣੀ ਜਿਹੜਾ ਖੰਡ ਦੀ ਤਰ੍ਹਾਂ ਮਿੱਠਾ ਹੈ, ਅਤੇ ਉਹ ਥੋੜ੍ਹੀ ਦੇਰ ਬਾਅਦ ਅਸੀਂ ਟੇਸਟ ਵੀ ਕਰਾਂਗੇ ਉਹਨੂੰ, ਔਰ ਫਿਰ ਉਸਦੇ ਮੁਤਲਕ ਵੀ ਤੁਹਾਨੂੰ ਮੈਂ ਸਾਰੀ ਗੱਲ ਦੱਸਾਂਗਾ। ਲੇਕਿਨ ਇੱਕ ਚੀਜ਼ ਹੋਰ ਹੈ ਖੂਹ ਖੰਡਾ ਦੇ ਮੁਤਲਕ ਕਿ ਯਾਨੀ ਇਸ ਖਿੱਤਾ ਪਠਵਾਰ ਦੇ ਵਿੱਚ ਬਾਬਾ ਗੁਰੂ ਨਾਨਕ ਸਾਹਿਬ ਵੀ ਆਏ ਨੇ, ਗੁਰੂ ਅਰਜਨ ਦੇਵ ਜੀ ਵੀ ਆਏ ਨੇ, ਹਰਗੋਬਿੰਦ ਸਾਹਿਬ ਵੀ ਆਏ ਨੇ, ਯਾਨੀ ਕਿ 6ਵੀਂ ਪਾਤਸ਼ਾਹੀ ਦੇ ਅਗਰ ਦੇਖਿਆ ਜਾਏ ਤਾਂ ਲਾਗੇ ਲਾਗੇ ਦੇ ਏਰੀਆ ਦੇ ਵਿੱਚ 1-2 ਗੁਰਦੁਆਰੇ ਹੈ ਨੇ, ਔਰ ਬਾਬਾ ਗੁਰੂ ਨਾਨਕ ਸਾਹਿਬ ਦੇ ਵੀ ਫੁੱਟਸਟੈਪਸ ਇੱਥੇ ਮਿਲਦੇ ਨੇ। ਕੁਝ ਜਗ੍ਹਾ ਦੇ ਉੱਤੇ ਗੁਰਦੁਆਰੇ ਬਣ ਗਏ ਨੇ, ਔਰ ਕੁਝ ਜਗ੍ਹਾ ਦੇ ਉੱਤੇ ਪਾਣੀ ਦੀਆਂ ਬੰਨਾਂ ਬਣਾਈਆਂ ਗਈਆਂ ਨੇ। ਪਾਣੀ ਦੀਆਂ ਬੰਨਾਂ ਜਿਹੜੀਆਂ ਨੇ ਆਮ ਲੋਕਾਂ ਦੇ ਵਾਸਤੇ, ਔਰ ਕੁਝ ਇਕੱਠੇ ਬਣਾਏ ਗਏ ਨੇ, ਕੁਝ ਚਵੇ ਬਣਾਏ ਗਏ ਨੇ ਜਿੱਥੋਂ ਆਵਾਮ ਨਾਸ ਜਿਹੜੀ ਸੀ ਪਾਣੀ ਪੀਂਦੀ ਸੀ। ਔਰ ਮਜ਼ੇ ਦੀ ਗੱਲ ਹੈ ਕਿ ਇਸ ਖੂਹ ਦਾ ਪਾਣੀ ਜਿਹੜੀ ਹੈ ਰਿਸਰਚ ਵਾਰ ਵਾਰ ਹੋ ਚੁੱਕੀ ਹੈ, ਬ੍ਰਿਟਿਸ਼ ਦੌਰ ਦੇ ਵਿੱਚ ਵੀ ਹੋਈ ਹੈ, ਹੁਣ ਵੀ ਹੋਈ ਹੈ, ਹੁਣ OGDC ਜਿਹੜੀ ਆਇਲ ਗੈਸ ਡਿਵੈਲਪਮੈਂਟ ਵਾਲੇ ਨੇ ਉਹਨਾਂ ਨੇ ਵੀ ਇਸ ਮੁਤਲਕ ਜਿਹੜੀ ਹੈ ਥੋੜ੍ਹੀ ਜਿਹੀ ਖੋਜ ਲਾਈ, ਔਰ ਇੱਥੋਂ ਉਹਨਾਂ ਦਾ ਟੈਂਕਰ ਬਕਾਇਦਾ ਤੌਰ 'ਤੇ ਪਾਣੀ ਪੀਣ ਵਾਸਤੇ ਭਰ ਕੇ ਜਾਂਦਾ ਸੀ। ਔਰ ਕੁਝ ਲੋਕ ਦੱਸ ਰਹੇ ਨੇ, ਇਹ ਭਾਈ ਹੋਰੀ ਨੇ, ਪਲੀਜ਼ ਤੁਸੀਂ ਆਓ ਜ਼ਰਾ ਨਜ਼ਦੀਕ ਆਓ। ਕੀ ਸਮ ਸ਼ਰੀਫ ਹੈ ਤੁਹਾਡਾ? ਇਮਰਾਨ ਬਸ਼ਾਰਤ। ਇਮਰਾਨ ਬਸ਼ਾਰਤ ਨੇ ਇੱਥੇ ਦੇ ਸਮਾਜੀ ਕਾਰਕੁਨ ਵੀ ਨੇ, ਔਰ ਇੱਕ ਵਾਰੀ ਕੌਂਸਲਰ ਵੀ ਰਹਿ ਚੁੱਕੇ ਨੇ ਇੱਥੇ, ਅਤੇ ਇਹ ਦੱਸ ਰਹੇ ਨੇ ਕਿ ਵੀ ਇੱਥੇ ਜਿਹੜੀ ਕੋਈ ਸਰਦਾਰ ਸੰਗਤ ਜਿਹੜੀ ਆਉਂਦੀ ਸੀ ਉਹ ਇੱਥੇ ਦਾ ਪਾਣੀ ਲੈ ਕੇ ਜਾਂਦੇ ਸਨ, ਇੱਥੇ ਦਾ ਪਾਣੀ ਜਿਹੜਾ ਬਕਾਇਦਾ ਤੌਰ ਦੇ ਉੱਤੇ ਉਹਨੂੰ ਲੈ ਕੇ ਜਾਂਦੇ ਸਨ, ਔਰ ਆਪਣੇ ਪੁਰਖਾਂ ਵਾਸਤੇ ਉਹ ਪਾਣੀ ਲੈ ਕੇ ਜਾਂਦੇ ਸੀ। ਇਸ ਪਾਣੀ ਦੀ ਕੋਈ ਖਾਸ ਕਰਾਮਤ ਹੈ ਸਿੱਖ ਸੰਗਤ ਦੇ ਹੀ ਬਿਹਤਰ ਇਹਦੇ ਮੁਤਲਕ ਦੱਸ ਸਕਦੀ ਹੈ ਕਿ ਖੂਹ ਖੰਡਾ ਜਿਹੜਾ ਮੇਰੇ ਜਿਹੜੇ ਹਿਸਾਬ ਦੇ ਨਾਲ, ਅਗਰ ਇੱਕ ਖੂਹ ਖੰਡਾ ਮੈਂ ਹੋਰ ਵੀ ਜਾਣਨਾ ਵਾਂ, ਲੇਕਿਨ ਉੱਥੇ ਇਹ ਸੀ ਕਿ ਗੁਰੂ ਸਾਹਿਬ ਨੇ ਖੂਹ ਖੰਡਾ ਅਤਾ ਕੀਤਾ ਸੀ ਉਹਨਾਂ ਪਿੰਡ ਵਾਲਿਆਂ ਨੂੰ, ਅਤੇ ਉਸ ਜਗ੍ਹਾ ਦੇ ਉੱਤੇ ਖੂਹ ਖੁੰਡਿਆ ਗਿਆ ਸੀ ਜਿਸ ਜਗ੍ਹਾ ਦੇ ਉੱਤੇ ਖੰਡਾ ਦਿੱਤਾ ਗਿਆ ਸੀ, ਅਤੇ ਉਸ ਵਾਸਤੇ ਉਸ ਖੂਹ ਦਾ ਨਾਮ ਅਤੇ ਇਸ ਵਾਸਤੇ ਖੂਹ ਖੰਡਾ ਸੀ। ਠੀਕ ਹੈ ਜੀ, ਹੁਣ ਇਹਦਾ ਮਿਠਾਸ ਦੇ ਨਾਲ ਵੀ ਤਿਲਕ ਹੈ, ਔਰ ਇੱਥੋਂ ਗੁਰੂਆਂ ਦਾ ਵੀ ਆਉਣਾ ਜਾਣਾ ਹੁੰਦਾ ਰਿਹਾ। ਇਸ ਦੀ ਬੈਕ ਸਾਈਡ ਦੇ ਉੱਤੇ ਮਿਰਜ਼ਾ ਸਾਹਿਬ ਜ਼ਰਾ ਨਜ਼ਰ ਮਾਰੋ, ਇਹ ਅਗਰ ਤੁਸੀਂ ਬੈਕ ਸਾਈਡ ਦੇ ਉੱਤੇ ਦੇਖੋ ਤਾਂ ਇਹ ਜਿਹੜਾ ਖੂਹ ਹੈ ਇਹ ਬਿਲਡ ਬਾਏ ਹਿੰਦੂਜ਼ ਹੈ। ਇਹਦੇ 'ਤੇ ਪਿੱਪਲ ਦਾ ਟ੍ਰੀ ਵੀ ਲੱਗਾ ਹੋਇਆ, ਔਰ ਇਹਦੇ ਅੰਦਰ ਤਖਤੀ ਵੀ ਲੱਗੀ ਹੋਈ ਹੈ। ਥੋੜ੍ਹੀ ਦੇਰ ਬਾਅਦ ਤੁਹਾਨੂੰ ਮੈਂ ਇਹ ਵੀ ਖੂਹ ਦਿਖਾਉਂਦਾ ਜਾਵਾਂਗਾ, ਲੇਕਿਨ ਫਿਲਹਾਲ ਮੈਂ ਤੁਹਾਨੂੰ ਲੈ ਕੇ ਆਇਆ ਵਾਂ ਖੂਹ ਖੰਡਾ ਦੇ ਉੱਤੇ, ਅਤੇ ਇਸ ਚੀਜ਼ ਦੇ ਮੁਤਲਕ ਜਿਹੜਾ ਉਹ ਬਿਹਤਰ ਤਰੀਕੇ ਨਾਲ ਜਿਹੜੇ ਲੋਕ ਜਿਹੜੇ ਨੇ ਇੱਥੇ ਉਹ ਜਿਹੜੇ ਮੌਜੂਦ ਨੇ ਇੱਥੇ ਜਾਂ ਰਹਿ ਕੇ ਜਾ ਚੁੱਕੇ ਨੇ ਉਹ ਹੀ ਇਸ ਦੇ ਮੁਤਲਕ ਦੱਸ ਸਕਦੇ ਨੇ ਕਿ ਵੀ ਆਖਿਰ ਇਹਦੀ ਕੀ ਵਜ੍ਹਾ ਸੀ ਜਿਹੜੀ ਜਿਹਦੀ ਵਜ੍ਹਾ ਨਾਲ ਇਹਨੂੰ ਉਹ ਕਿਹਾ ਜਾਂਦਾ ਸੀ, ਖੂਹ ਖੰਡਾ ਕਿਹਾ ਜਾਂਦਾ ਸੀ। ਅਤੇ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ, ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ। ਜੀ ਪਲੀਜ਼ ਸਰ, ਇਸ ਦੀ ਅਫਾਦੀਅਤ ਦੇ ਬਾਰੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਮੈਦੇ ਦਾ ਪੇਸ਼ੈਂਟ ਹਾਂ, ਅਤੇ ਅੱਜ ਸਾਲ ਹੋ ਗਿਆ ਮੈਂ ਇੱਥੋਂ ਪਾਣੀ ਲੈ ਕੇ ਜਾਂਦਾ ਵਾਂ ਅਤੇ ਇਸਤੇਮਾਲ ਕਰੇ, ਬਾਕੀ ਸਾਰੀ ਮੈਡੀਸਨ ਮੈਂ ਛੋੜ ਦਿੱਤੀਆਂ ਨੇ, ਅਤੇ ਉਹ ਇਸ ਪਾਣੀ ਨਾਲ ਮੈਨੂੰ ਅਫਾਕਾ ਹੋਇਆ, ਅਤੇ ਇਸ ਟਾਈਮ ਮੈਂ ਕੋਈ ਟੈਬਲੇਟ ਵਗੈਰਾ ਇਸਤੇਮਾਲ ਨਹੀਂ ਕਰ ਰਿਹਾ, ਸਿਰਫ ਇਸ ਪਾਣੀ ਦੇ ਨਾਲ ਉਹ ਮੇਰੀ ਸਾਰੀ ਬਿਮਾਰੀ ਮੈਦੇ ਦੀ ਪ੍ਰੋਬਲਮ ਦੂਰ ਹੋ ਗਈ। ਦੱਸਿਆ ਜਾ ਰਿਹਾ ਕਿ ਇਸ ਪਾਣੀ ਦੀ ਖਾਸ ਖਾਸੀਅਤ ਹੈ ਵੇ ਕਿ ਮੇਦੇ ਵਾਸਤੇ, ਸਟੋਮਿਕ ਵਾਸਤੇ ਬਹੁਤ ਅੱਛਾ ਹੈ, ਔਰ ਇਸ ਪਾਣੀ ਦੇ ਨਾਲ ਇਹਨਾਂ ਨੂੰ ਸ਼ਿਫਾ ਵੀ ਮਿਲੀ ਹੈ, ਔਰ ਬਹੁਤ ਜ਼ਿਆਦਾ ਸਾਰੇ ਲੋਕ ਇੱਥੋਂ ਪਾਣੀ ਭਰ ਕੇ ਵੀ ਲੈ ਕੇ ਜਾਂਦੇ ਨੇ। ਇਹ ਸਿੱਖ ਪੀਰੀਅਡ ਦਾ ਬਣਿਆ ਹੋਇਆ ਖੂਹ ਹੈ, ਔਰ ਖਾਲਸਤਨ ਖਾਲਸਾ ਹੱਥਾਂ ਨਾਲ ਬਣਿਆ ਹੋਇਆ ਖੂਹ ਹੈ। ਆਖਿਰ ਇਹਦੇ ਵਿੱਚ ਕੋਈ ਨਾ ਕੋਈ ਅਫਾਦੀਅਤ ਹੈ ਜਿਹੜੀ ਕਿ ਇਹ ਦੇਖੋ ਪਿੱਛੇ ਮੋਟਰਾਂ ਵੀ ਤੁਹਾਨੂੰ ਨਜ਼ਰ ਆ ਰਹੀਆਂ ਨੇ, ਲੋਕਾਂ ਨੇ ਕੁਝ ਮੋਟਰਾਂ ਵੀ ਲਾਈਆਂ ਹੋਈਆਂ ਨੇ ਜਿਹੜੇ ਕਿ ਪਾਣੀ ਆਪਣੇ ਘਰ ਵਾਸਤੇ ਸਪਲਾਈ ਲੈਂਦੇ ਨੇ, ਸਕੂਲ ਵਾਲੇ ਵੀ ਲੈ ਰਹੇ ਨੇ। ਇਹ ਪਿੱਛੇ ਜਿਹੜਾ ਗੌਰਮੈਂਟ ਮਿਡਲ ਜਿਹੜਾ ਸਕੂਲ ਸੀ 47 ਤੋਂ ਪਹਿਲੇ ਦੋਰਾ ਬੁਧਾਲ ਦਾ, ਉਹ ਨਜ਼ਰ ਆ ਰਿਹਾ ਤੁਹਾਨੂੰ, ਔਰ ਇਹ ਖੂਹ ਖੰਡਾ ਨਜ਼ਰ ਆ ਰਿਹਾ, ਔਰ ਇਹ ਨਾਲ ਜਾ ਰਿਹਾ ਜਿਹੜਾ, ਇਸ ਨੂੰ ਕੀ ਕਹਿੰਦੇ ਹੋ ਤੁਸੀਂ ਜੀ? ਇਸ ਨੂੰ ਅਸੀਂ ਕਸ ਕਹਿੰਦੇ ਹਾਂ ਆਪਣੀ ਜ਼ਬਾਨ ਵਿੱਚ, ਤਾਂ ਵੈਸੇ ਨਦੀ ਗੇ ਇਹ ਕਸੀ ਹੈ ਜਿਹੜੀ ਹੈ ਪਾਣੀ, ਯਾਨੀ ਕਿ ਸਪਰਿੰਗ ਵਾਟਰ ਆ ਰਿਹਾ ਉਸ ਦੇ ਕਰੀਬ। ਇਹ ਵਾਲਾ ਜਿਹੜਾ ਹਿੰਦੂਇਜ਼ਮ ਦਾ
ਕਾਰਕੁਨ ਹੈ ਔਰ ਇਹ ਜਿਹੜਾ ਹੈ ਇਹ ਤੁਸੀਂ ਦੇਖੋ ਇਹਦੀਆਂ ਹੁਣ ਮੈਂ ਤੁਹਾਨੂੰ ਥੋੜ੍ਹੀ ਜਿਹੀ ਇਹਦੀ ਹਿਸਟਰੀ ਦੇ ਮੁਤਲਕ ਹੋਰ ਮਜ਼ੀਦ ਦੱਸਦਾ ਜਾਵਾਂ ਇਹ ਸਭ ਤੋਂ ਪਹਿਲੇ ਤੁਸੀਂ ਥੱਲੇ ਵੇਖੋ ਤਾਂ ਤੁਹਾਨੂੰ ਇਹ ਜਿਹੜੀ ਲੇਅਰ ਨਜ਼ਰ ਆ ਰਹੀ ਹੈ ਇਹ ਪੋਰਸ ਸਟੋਨ ਦੀ ਹੈ ਪੋਰਸ ਸਟੋਨ ਤੋਂ ਬਾਅਦ ਤੁਸੀਂ ਥੱਲੇ ਦੇਖੋ ਤਾਂ ਓਰੀਜਨਲ ਸਟੋਨ ਲੱਗਾ ਹੋਇਆ ਫਿਰ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਤੁਹਾਨੂੰ ਥੱਲੇ ਨਜ਼ਰ ਆ ਰਹੀ ਹੈ ਜਿਹੜੀ ਇਹ ਪਤਲੀ ਇੱਟ ਨਜ਼ਰ ਆ ਰਹੀ ਹੈ ਨਾਨਕ ਸ਼ਾਹੀ ਇੱਟ ਲੱਗੀ ਹੈ ਉੱਤੇ ਜਿਹੜੀ ਲੱਗੀ ਹੈ ਬ੍ਰਿਟਿਸ਼ ਇੱਟ ਲੱਗੀ ਜਿਹਨੂੰ ਦੋਸੇਰੀ ਕਿਹਾ ਜਾਂਦਾ ਠੀਕ ਹੈ ਜੀ ਅਤੇ ਇਹ ਤੁਸੀਂ ਦੇਖੋ ਕਿ ਅੱਜ ਦਾ ਨਹੀਂ ਹੈ ਪਹਿਲੇ ਏਨਸ਼ੈਂਟ ਹੈ ਏਨਸ਼ੈਂਟ ਤੋਂ ਬਾਅਦ ਤੁਸੀਂ ਸਿੱਖ ਪੀਰੀਅਡ ਨੂੰ ਦੇਖੋ ਫਿਰ ਉਸ ਤੋਂ ਬਾਅਦ ਤੁਸੀਂ ਬ੍ਰਿਟਿਸ਼ ਰਾਜ ਨੂੰ ਦੇਖੋ ਔਰ ਉਹਦੇ ਚਾਰੋਂ ਪਾਸੇ ਜਿਹੜੀਆਂ ਨੇ ਬਲੀਆਂ ਲਾ ਕੇ ਆ ਲੱਕੜ ਦੀਆਂ ਇਹ ਦੇਖੋ ਔਰ ਕਹਿ ਰਹੇ ਨੇ ਕਿ ਪਿਆਲੇ ਦੀ ਸੂਰਤ ਵਿੱਚ ਬਣਿਆ ਹੋਇਆ ਖੂਹ ਹੈ ਪੂਰੀ ਜਗ੍ਹਾ ਦਾ ਪਾਣੀ ਖੁਸ਼ਕ ਹੋ ਜਾਂਦਾ ਨਾ ਇਹ ਦੇਖੋ ਤੁਸੀਂ ਟੋਟਲ 4 ਫੁੱਟ ਤੋਂ ਬਾਅਦ ਪਾਣੀ ਹੈ ਅਸਲ ਵਿੱਚ ਇਹ ਕੋਈ ਚਵਾ ਹੈ ਠੀਕ ਹੈ ਜੀ ਚਵੇ ਦਾ ਪਾਣੀ ਜਿਹੜਾ ਡੱਕ ਕੇ ਉਹਨੂੰ ਖੂਹ ਦੀ ਸ਼ਕਲ ਦਿੱਤੀ ਗਈ ਹੈ ਔਰ ਇਹਦੇ ਵਿੱਚੋਂ ਪਾਣੀ ਲੋਕ ਜਿਹੜੇ ਨੇ ਪੁਰਾਣੇ ਜ਼ਮਾਨੇ ਦੇ ਵਿੱਚ ਤਾਂ ਲੋਕ ਇੱਥੋਂ ਹੁਣ ਤਾਂ ਘਰ ਘਰ 'ਚ ਬੋਰਿੰਗ ਹੋਈ ਹੈ ਘਰ ਘਰ 'ਚ ਲੋਕਾਂ ਨੇ ਆਪਣੇ ਖੂਹ ਲਵਾ ਲਏ ਨੇ ਲੇਕਿਨ ਉਸ ਤੋਂ ਪਹਿਲੇ ਜਦੋਂ ਨਹੀਂ ਹੁੰਦਾ ਸੀ ਉਹ ਦੱਸ ਰਹੇ ਨੇ ਕਿ ਇਹ ਉਹ ਵਾਹਿਦ ਜਗ੍ਹਾ ਸੀ ਜਿੱਥੇ ਦਾ ਪਾਣੀ ਅੱਜ ਤੱਕ 1 ਇੰਚ ਵੀ ਨਹੀਂ ਕੱਟਿਆ ਔਰ ਬਰਸਾਤ 'ਚ ਇਹ ਪਾਣੀ ਜਿਹੜਾ ਮਜ਼ੀਦ ਉੱਤੇ ਆ ਜਾਂਦਾ ਸਿਰਫ 2 ਫੁੱਟ ਤੋਂ ਪਾਣੀ ਤੁਸੀਂ ਭਰ ਸਕਦੇ ਹੋ ਵਾਹ ਕਿਆ ਬਾਤ ਹੈ ਕੁਝ ਤਾਂ ਹੈ ਇਹਦੇ 'ਚ ਬਾਈ ਜੀਵਨਦੀਪ ਸਿੰਘ ਜੀ ਇਹ ਤੁਹਾਡੇ ਫੋਰ ਫਾਦਰਸ ਇੰਨਾ ਲਿੰਕ ਰਿਹਾ ਇਹ ਜਗ੍ਹਾ ਰਹੀ ਹੈ ਤੁਸੀਂ ਦੇਖ ਕੇ ਜ਼ਰੂਰ ਇਹਨੂੰ ਖੁਸ਼ ਹੋਏ ਹੋਵੋਗੇ ਔਰ ਗੁਰਪ੍ਰੀਤ ਸਿੰਘ ਅਨੰਦ ਸਾਹਿਬ ਜੀ ਟੋਟਲ 5 ਮੀਲ ਦੇ ਫਾਸਲੇ 'ਤੇ ਤੁਹਾਡੇ ਨਾਨਕੇ ਤੋਂ ਹੈ ਔਰ ਇੱਥੇ ਇਹ ਦੇਖੋ ਇਹ ਬੋਦੀ ਬਣੀ ਹੋਈ ਹੈ ਇੱਥੇ ਡੰਗਰ ਬੱਛੇ ਵਾਸਤੇ ਪਾਣੀ ਪਾਇਆ ਜਾਂਦਾ ਔਰ ਜਾਨਵਰਾਂ ਨੂੰ ਇੱਥੋਂ ਪਾਣੀ ਪਿਲਾਇਆ ਜਾਂਦਾ ਸੀ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਦੇਖਦੇ ਰਹੋ ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ ਸੇਫ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ ਪੰਜਾਬ ਪੇਜ ਖੋਰੇ ਸੱਚ 47 ਦਾ ਐਬਿਟਰ ਟਰੁੱਥ ਆਫ 1947 ਤਮਾਮ ਪੇਜਿਸ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਮੇਰੇ ਅੱਜ ਦੇ ਸਫ਼ਰ ਦੇ ਵਿੱਚ ਮੇਰੇ ਨਾਲ ਨੇ ਮਿਰਜ਼ਾ ਬੇਗ ਸਾਹਿਬ ਪਿਆਰਾ ਨਨਕਾਣਾ ਸਾਹਿਬ ਦੇ ਮੇਰੇ ਐਡਮਿਨ ਵੀ ਨੇ ਸਾਡੇ ਨਾਲ ਵੈਸੇ ਤਾਂ ਅਸੀਂ ਕਾਫੀ ਐਡਮਿਨ ਹਾਂ ਲੇਕਿਨ ਜ਼ਿਆਦਾਤਰ ਜਿਹੜੇ ਮੇਰੇ ਨਾਲ ਸ਼ੇਖ ਸਾਹਿਬ ਔਰ ਲਾਹੌਰ ਦਾ ਖੋਜੀ ਔਰ ਸ਼ਾਲੀਮਾਰ ਬਾਗ ਮਿਰਜ਼ਾ ਬੇਗ ਸਾਹਿਬ ਜਸਵਿੰਦਰ ਸਿੱਧੂ ਸਾਹਿਬ ਤਾਂ ਤੁਹਾਨੂੰ ਪਤਾ ਉਹ ਤਾਂ ਇੰਡੀਆ 'ਚ ਨੇ ਲਿਹਾਜ਼ਾ ਉਹ ਤਾਂ ਆ ਨਹੀਂ ਸਕਦੇ ਲੇਕਿਨ ਅਸੀਂ ਸਾਰੇ ਕਿਸੇ ਨਾ ਕਿਸੇ ਸੂਰਤ 'ਚ ਕਿਤੇ ਨਾ ਕਿਤੇ ਅਸੀਂ ਇਕੱਠੇ ਹੁੰਦੇ ਰਹਿੰਦੇ ਹਾਂ ਨਾਨਕ ਸ਼ਾਹੀਟ ਔਰ ਉਸ ਤੋਂ ਬਾਅਦ ਥੱਲੇ ਪੱਥਰ ਇਹ ਵਿੱਚ ਵਿੱਚ ਕਿਤੇ ਕਿਤੇ ਕੋਈ ਮਾਹੀ ਨਜ਼ਰ ਆ ਰਹੀਆਂ ਮੱਛਲੀਆਂ ਦੇ ਬੱਚੇ ਵੀ ਨਜ਼ਰ ਆ ਰਹੇ ਨੇ ਵਿੱਚ ਉਹ ਫਿਰ ਥੋੜ੍ਹੀ ਦੇਰ ਬਾਅਦ ਅਸੀਂ ਪਾਣੀ ਨੂੰ ਟੇਸਟ ਕਰਾਂਗੇ ਮੈਂ ਤੁਹਾਨੂੰ ਦਿਖਾ ਰਿਹਾ ਖੂਹ ਖੰਡਾ ਜਾਂ ਖੰਡਾ ਖੂਹ ਜਾਂ ਖੂਹ ਖੰਡਾ ਔਰ ਤੁਸੀਂ ਦੇਖ ਲਿਓ ਵਿਲੇਜ ਦੋਰਾ ਬੁਧਾਲ ਇਹ ਤੁਹਾਡੇ ਪਿੱਛੇ ਜਿਹੜਾ ਨਜ਼ਰ ਆ ਰਿਹਾ ਸਕੂਲ ਇਹ ਮਿਡਲ ਸਕੂਲ ਦੋਰਾ ਬੁਧਾਲ ਹੈ ਇਹਦੇ ਵਿੱਚ ਅੱਜ ਵੀ ਕਹਿ ਰਹੇ ਨੇ ਕਿ ਨਾਮ ਲਿਖੇ ਹੋਏ ਨੇ ਜਿਹੜੇ ਜਿਹੜੇ ਹਿੰਦੂ ਔਰ ਸਿੱਖ ਹੈੱਡ ਮਾਸਟਰ ਰਹੇ ਨੇ ਔਰ ਨਾਮਵਰ ਲੋਕਾਂ ਦੇ ਨਾਮਾਂ ਦੇ ਅੰਦਰ ਮੌਜੂਦ ਨੇ ਇਹ ਪਿੰਡ ਹੈ ਇਹ ਮੁਸਲਿਮ ਦੌਰ ਦੀਆਂ ਨਿਸ਼ਾਨੀਆਂ ਨੇ ਵੱਡੀ ਜਾਮਿਆ ਮਸਜਿਦ ਹੈ ਛੋਟੀ ਜਾਮਿਆ ਮਸਜਿਦ ਹੈ ਪੁਰਾਣੀ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਦੇਖਦੇ ਰਹੋ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਅਤੇ ਇਹ ਤੁਸੀਂ ਫਿਰ ਦੇਖਿਆ ਖੂਹ ਖੰਡਾ ਔਰ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਮੈਂ ਤੁਹਾਡੇ ਤੋਂ ਇਜਾਜ਼ਤ ਚਾਹਾਂਗਾ ਇਸ ਖੂਹ ਦੀ ਅਫਾਦੀਅਤ ਮੇ ਬੀ ਮੈਨੂੰ ਮੇਰੇ ਦੋਸਤ ਕੁਛ ਮਿਲਣ ਜਾਂ ਕਿਸੇ ਪਾਸੋਂ ਮੈਨੂੰ ਇਹਨਾਂ ਨੂੰ ਮਜ਼ੀਦ ਮਾਲੂਮਾਤ ਮਿਲ ਸਕੇ ਤਾਂ ਮੈਨੂੰ ਜ਼ਰੂਰ ਦੱਸਿਓ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ